ਹਲਕਾ ਨਕੌਦਰ ਦੀਆਂ ਪੰਚਾਇਤਾਂ ਨੇ ਰਾਜਨੀਤਿਕ ਮਾਹੌਲ ਪਲਟਾ ਦਿੱਤਾ ਏ। ਭਾਵੇਂ ਕਿ ਜਲੰਧਰ ਜਿਮਣੀ ਚੋਣ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅਚਾਨਕ ਹੀ ਹਲਕਾ ਵਾਸੀਆਂ ਦੇ ਹਿੱਸੇ ਆਈ ਹੈ, ਪਰ ਜੇਕਰ ਸਿਆਸੀ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਦੁਆਬੇ ਦੇ ਲੋਕ ਇਸ ਜਿਮਣੀ ਚੋਣ ਵਿੱਚ ਇਹ ਵੀ ਦਰਸਾ ਦੇਣਗੇ ਕਿ ਭਗਵੰਤ ਮਾਨ ਦੀ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਨੂੰ ਉਹ ਕਿਸ ਤਰੀਕੇ ਦੇ ਨਾਲ ਵੇਖਦੇ ਨੇ। ਜ਼ਿਕਰਯੋਗ ਹੈ ਕਿ ਹਲਕਾ ਨਕੌਦਰ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਇੱਕ ਸਾਲ ਦੇ ਕਾਰਜਕਾਲ ਦੇ ਦੌਰਾਨ ਦਿਨ ਰਾਤ ਇੱਕ ਕਰਕੇ ਪੂਰੇ ਹਲਕੇ ਦੇ ਵਿੱਚ ਆਪਣਾ ਕਿਲ੍ਹਾ ਮਜ਼ਬੂਤ ਕਰ ਲਿਆ ਲੱਗਦਾ ਏ। ਬੀਤੇ ਦਿਨੀ ਨੂਰ ਮਹਿਲ ਬਲਾਕ ਦੇ ਪਿੰਡ ਕੰਧੋਲਾ ਖੁਰਦ ਵਿਖੇ ਮੌਜੂਦਾ ਸਰਪੰਚ ਹੁਸਨ ਲਾਲ ਅਤੇ ਦਰਜਨਾਂ ਪਿੰਡ ਵਾਸੀਆਂ ਨੇ ਬੀਬੀ ਮਾਨ ਦੀ ਹਾਜ਼ਰੀ ਦੇ ਵਿੱਚ ਆਪ ਦਾ ਪੱਲਾ ਫੜਿਆ। ਸ਼ਾਮਲ ਹੋਣ ਵਾਲਿਆਂ ਦੇ ਵਿੱਚ ਲੰਬੜਦਾਰ ਬੂਟਾ ਸਿੰਘ, ਬੋਬੀ ਲਵਲੀ ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਲੋਕ ਮੌਜੂਦ ਸਨ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮੇਰੀਆਂ ਬਹੁਤ ਸਤਿਕਾਰਯੋਗ ਗੁਰਦੀਆਂ ਭੈਣਾਂ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਇੱਕ ਸਾਲ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਮੋਹਰ ਲਾਈ ਹੈ, ਜਿਹੜਾ ਤੁਸੀਂ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਔਰ ਮੈਨੂੰ ਵੀ ਇਹਦੇ ਨਾਲ ਹੋਰ ਹੌਸਲਾ ਮਿਲਿਆ ਕਿ ਵੀ ਮੈਂ ਆਪਣੇ ਹਲਕੇ ਵਾਸਤੇ ਦਿਨ ਦੁੱਗਣਾ ਰਾਤ ਚੌਗਣਾ ਕੰਮ ਕਰ ਸਕਾਂ। ਸਾਰੇ ਤੁਸੀਂ ਜਾਣੂ ਹੋ, ਮੀਡੀਆ ਤੁਸੀਂ ਸਾਰੇ ਦੇਖਦੇ ਹੋ ਕਿ ਇੱਕ ਸਾਲ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਆ, ਬਿੱਲ ਮਾਫੀ ਤੋਂ ਲੈ ਕੇ ਨੌਕਰੀਆਂ ਤੱਕ, ਕੱਚੇ ਮੁਲਾਜ਼ਮ ਪੱਕੇ ਕਰਨ ਵਾਸਤੇ ਬਹੁਤ ਸਾਰੇ ਸੈਂਕੜੇ ਕੰਮ ਐਸੇ ਕੀਤੇ ਗਏ ਆ ਇੱਕ ਸਾਲ ਦੇ ਵਿੱਚ, ਜਿਹੜਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਪਹਿਲੇ ਸਾਲ ਦੇ ਵਿੱਚ ਕਿਸੇ ਸਰਕਾਰ ਨੇ ਕਿਸੇ ਵਾਸਤੇ ਕੋਈ ਕੰਮ ਕੀਤਾ ਹੋਵੇ। ਇਹ ਵੱਡੀਆਂ ਪ੍ਰਾਪਤੀਆਂ ਲੈ ਕੇ ਅਸੀਂ ਤੁਹਾਡੇ ਵਿੱਚ ਹਾਜ਼ਰ ਹੋਏ ਆ, ਔਰ ਉਹਨਾਂ ਪ੍ਰਾਪਤੀਆਂ ਦੇ ਸਦਕੇ ਤੁਸੀਂ ਸਾਡੇ ਵਿੱਚ ਭਰੋਸਾ ਪ੍ਰਗਟਾਇਆ। ਸਾਰੀ ਪੰਚਾਇਤ ਜਿਹੜੀ ਆ ਕੰਧੋਲਾ ਖੁਰਦ ਦੀ, ਸਾਰੀ ਪੰਚਾਇਤ ਫਰਵਾੜੇ ਦੀ ਜਿਹਨੇ ਸ਼ਮੂਲੀਅਤ ਕੀਤੀ ਆ, ਮੈਂ ਤੁਹਾਨੂੰ ਜੀ ਆਇਆਂ ਕਹਿੰਦੇ ਆ, ਧੰਨਵਾਦ ਕਰਦੀ ਹਾਂ। ਮੈਂ ਤੁਹਾਨੂੰ ਯਕੀਨ ਦਿਵਾਉਂਦੀ ਕਿ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਵੀ ਹੋਊਗਾ, ਔਰ ਤੁਹਾਡੇ ਨਗਰਾਂ ਦੇ ਵਿੱਚ ਜਿਹੜੇ ਜਿਹੜੇ ਵੀ ਕੰਮ ਕਰਨ ਵਾਲੇ ਆ, ਅਸੀਂ ਉਹਨੂੰ ਤਨਦੇਹੀ ਦੇ ਨਾਲ ਕਰਾਂਗੇ, ਪੂਰੀ ਇਮਾਨਦਾਰੀ ਦੇ ਨਾਲ ਕਰਾਂਗੇ। ਲਾਰੇ ਨੱਪੇ ਕੋਈ ਨਹੀਂ, ਜਿਹੜਾ ਕੰਮ ਮੇਰੇ ਕੋਲ ਹੋਊਗਾ ਮੈਂ ਉਹਦੀ ਹਾਂ ਕਰਨੀ ਹੈ, ਜਿਹੜਾ ਕੰਮ ਮੇਰੀ ਪਹੁੰਚ ਤੋਂ ਬਾਹਰ ਹੋਇਆ ਮੈਂ ਲਾਰਾ ਵੀ ਲਾਉਣਾ, ਕਿਉਂਕਿ ਭਾਵਨਾਵਾਂ ਨਾਲ ਖੇਡਣਾ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਹੈ ਜੋ ਪਿਛਲੇ ਸਮੇਂ ਦੇ ਵਿੱਚ ਹੁੰਦਾ ਰਿਹਾ। ਇੱਕ ਦਿਨ ਮੈਨੂੰ ਕਾਲ ਗਈ ਸੀ ਸਰਪੰਚ ਸਾਹਿਬ ਦੀ ਕਿ ਵੀ ਪਿੰਡ ਦੇ ਵਿੱਚ ਪਾਣੀ ਜਿਹੜਾ ਆ ਪੀਣ ਵਾਲਾ, ਉਹਦੇ ਵਿੱਚ ਸੀਵਰੇਜ ਦਾ ਪਾਣੀ ਉਹ ਮਿਕਸ ਹੋ ਗਿਆ। ਮੌਕੇ ਤੇ ਜੋ ਕੀਤਾ ਜਾ ਸਕਦਾ ਸੀ ਸੇਮ ਉਸੇ ਦਿਨ ਅਸੀਂ ਉਹ ਪ੍ਰਬੰਧ ਕੀਤਾ ਆ ਕਿ ਵੀ ਪਾਣੀ ਜਿਹੜਾ ਆ ਉਹ ਸਾਫ਼ ਸੁਥਰਾ ਮਿਲ ਸਕੇ। ਹੁਣ ਪ੍ਰੋਜੈਕਟ ਬਣਾ ਕੇ ਉੱਪਰ ਇਹਨੂੰ ਅਸੀਂ ਭੇਜਾਂਗੇ, ਭੇਜ ਕੇ 10 ਲੱਖ ਲੱਗ ਜਾਏ, 15 ਲੱਖ ਜਾਏ, 20 ਲੱਖ ਜਾਏ, ਪੀਣ ਵਾਲੇ ਪਾਣੀ ਦੇ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਫੰਡ ਦੀ ਕਮੀ ਨਹੀਂ ਹੈਗੀ ਪੰਜਾਬ ਸਰਕਾਰ ਦੇ ਕੋਲ, ਜਿਹੜੇ ਹੁਣ ਤੱਕ ਪੀਪੇ ਖੜਕਾ ਕੇ ਬੈਠੇ ਰਹੇ ਕਿ ਪੰਜਾਬ ਦਾ ਖਜ਼ਾਨਾ ਖਾਲੀ, ਪੰਜਾਬ ਦਾ ਖਜ਼ਾਨਾ ਖਾਲੀ ਕਿਉਂਕਿ ਉਹਨਾਂ ਦੇ ਢਿੱਡ ਨਹੀਂ ਸੀ ਭਰਦੇ, ਇਸ ਕਰਕੇ ਪੰਜਾਬ ਦਾ ਖਜ਼ਾਨਾ ਖਾਲੀ ਸੀ। ਅਸੀਂ ਜੇ 10 ਰੁਪਏ ਲੈ ਕੇ ਆਵਾਂਗੇ ਤੇ 2 ਰੁਪਏ ਨਾਲ ਕੋਲ ਲਾਉਣ ਵਾਲੇ ਆ, ਇਸ ਕਰਕੇ ਕਦੀ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੋਊਗਾ। ਪਿੰਡ ਦੀ ਹਰ ਉਹ ਸਹੂਲਤ ਜਿਹੜੀ ਜ਼ਰੂਰਤ ਹੈ ਪਿੰਡ ਦੇ ਵਿੱਚ ਉਹ ਲੈ ਕੇ ਆਉਂਦੀ ਜਾਏਗੀ। ਬਿਜਲੀ ਦੀਆਂ ਤਾਰਾਂ ਤੁਹਾਡੀਆਂ ਹਟਵਾ ਦਿੱਤੀਆਂ ਜਾਣਗੀਆਂ, ਇਹਦੇ ਬਾਰੇ ਵੀ ਜਿਹੜੀ ਬਿਜਲੀ ਮਹਿਕਮੇ ਚ ਗੱਲ ਹੋਈ ਆ, ਕੋਈ ਐਸੀ ਗੱਲ ਨਹੀਂ ਕਿ ਪੈਸੇ ਭਰੇ ਬਿਨਾਂ ਜਿਹੜੀ ਬਿਜਲੀ ਦੀਆਂ ਤਾਰਾਂ ਨੇ ਹਟ ਸਕਦੀਆਂ, ਬਿਲਕੁਲ ਹਟ ਸਕਦੀਆਂ। ਬਹੁਤ ਸਾਰੇ ਕਾਨੂੰਨ ਹੁੰਦੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਜੇ ਤੁਹਾਡੀ ਨੀਅਤ ਜਿਹੜੀ ਆ ਕੰਮ ਕਰਨ ਦੀ ਹੋਵੇ, ਸਾਫ਼ ਨੀਅਤ ਹੋਵੇ, ਤੇ ਹਰ ਇੱਕ ਦੇ ਕੰਮ ਜਿਹੜੇ ਉਹ ਵਾਜਿਬ ਕੰਮ ਜਿਹੜੇ ਹੋਣੇ ਹੀ ਹੋਣੇ ਆ। ਮੈਂ ਦੋਨਾਂ ਨਗਰ ਪੰਚਾਇਤਾਂ ਨੂੰ ਇਹ ਯਕੀਨ ਦਿਵਾਉਂਦੀ ਹਾਂ ਕਿ ਤੁਹਾਡੇ ਹਰ ਇੱਕ ਕੰਮ ਜਿਹੜੇ ਹਰ ਇੱਕ ਦੇ ਕੰਮ ਆਉਣਾ ਮੈਂ ਆਪਣਾ ਧਰਮ ਸਮਝਦੀ ਆ, ਕਿਉਂਕਿ ਤੁਸੀਂ ਵੱਡੀ ਜ਼ਿੰਮੇਵਾਰੀ ਮੇਰੇ ਮੋਢਿਆਂ ਦੇ ਉੱਤੇ ਪਾਈ ਆ, ਔਰ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਪੂਰੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਮੋਢਿਆਂ ਤੇ, ਔਰ ਬਹੁਤ ਸੰਜੀਦਗੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ, ਔਰ ਮੈਂ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਪੂਰੀ ਸੰਜੀਦਗੀ ਦੇ ਨਾਲ ਨਿਭਾਉਂਗੀ। ਬੀਬੀਆਂ ਲਈ ਡਿਮਾਂਡ ਹੈ ਕਿ ਪਿੰਡ ਵਿੱਚ ਸਿਲਾਈ ਸੈਂਟਰ ਚਾਹੀਦਾ, ਬਿਲਕੁਲ ਮਿਲੂਗਾ ਜੀ ਸਿਲਾਈ ਸੈਂਟਰ ਤੁਹਾਨੂੰ। ਮੈਂ ਕੁਛ ਹੀ ਦਿਨਾਂ ਦੇ ਵਿੱਚ ਤੁਹਾਡੇ ਕੋਲ ਟ੍ਰੇਨਿੰਗ ਵਾਸਤੇ ਆ ਜਾਣਗੀਆਂ, ਤੁਹਾਡੇ ਮੈਂ ਗਰੁੱਪ ਬਣਾ ਰਹੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਪੂਰੇ ਹਲਕੇ ਦੇ ਵਿੱਚ ਆਪਣੀਆਂ ਹਰ ਪਿੰਡ ਦੀਆਂ ਬੀਬੀਆਂ ਵਾਸਤੇ ਕੋਈ ਨਾ ਕੋਈ ਕੰਮ ਜਿਹੜਾ ਉਹਨਾਂ ਨੂੰ ਸਿਖਾ ਕੇ ਉਹਨਾਂ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਆ। ਇਸ ਕਰਕੇ ਜਿਹੜਾ ਸਿਲਾਈ ਸੈਂਟਰ ਹੈ ਉਹ ਦਿਨਾਂ ਦੇ ਵਿੱਚ ਹੀ ਤੁਹਾਡੇ ਪਿੰਡ ਦੇ ਵਿੱਚ ਆ ਜਾਊਗਾ। ਔਰ ਨਾਲ ਦੀ ਨਾਲ ਮੈਂ ਨੌਜਵਾਨ ਬੱਚਿਆਂ ਵਾਸਤੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦੀ ਕਿ ਆਪਣੇ ਪੈਰਾਂ ਤੇ ਖੜਨਾ ਆ, ਆਪਣੇ ਪੈਰਾਂ ਤੇ ਖੜਨ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਆ। ਸਰਕਾਰ ਤੁਹਾਡੇ ਨਾਲ ਆ, ਸਰਦਾਰ ਭਗਵੰਤ ਸਿੰਘ ਜੀ ਮਾਨ ਤੁਹਾਡੇ ਨਾਲ ਆ, ਹਰ ਮਹੀਨੇ ਤੁਹਾਡੇ ਨਾਲ ਮੁਲਾਕਾਤ ਹੋਇਆ ਕਰੇਗੀ, ਚਾਹੇ ਉਹ ਵੀਡੀਓ ਕਾਨਫਰੰਸਿੰਗ ਹੋਵੇ, ਚਾਹੇ ਉਹ ਇਕੱਲੇ ਇਕੱਲੇ ਜ਼ਿਲ੍ਹੇ ਦੇ ਵਿੱਚ ਜਾ ਕੇ ਕਰਨ। ਤੁਸੀਂ ਆਪਣੇ ਜਿਹੜੇ ਵੀ ਕਾਰੋਬਾਰ, ਜਿਹੜਾ ਵੀ ਕੰਮ ਕਾਰ ਕਰਨਾ ਚਾਹੁੰਦੇ ਆ, ਉਹਦੇ ਵਿੱਚ ਤੁਹਾਨੂੰ ਸਰਕਾਰ ਬਿਲਕੁਲ ਆਪਣੀ ਸਹਾਇਤਾ ਮੁਹੱਈਆ ਕਰਵਾਊਗੀ, ਜਿੰਨੇ ਪੈਸਿਆਂ ਦੀ ਜ਼ਰੂਰਤ ਹੋਊਗੀ ਉਹ ਸਰਕਾਰ ਮੁਹੱਈਆ ਕਰਵਾਊਗੀ। ਇਹ ਸਾਰੀਆਂ ਸੁੱਖ ਸਹੂਲਤਾਂ ਹਰ ਨਿਗਰਾਨ ਜਿਹੜਾ ਇਨਸਾਨ ਵਾਸਤੇ, ਹਰ ਨਾਗਰਿਕ ਵਾਸਤੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਮੌਜੂਦ ਆ, ਪਰ ਕਿਸੇ ਦੇ ਵਿੱਚ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਨਹੀਂ ਸੀ। ਹੁਣ ਤੱਕ ਪਿੰਡ ਪਿੰਡ ਰੋਜ਼ਗਾਰ ਪਹੁੰਚ ਸਕਦਾ ਸੀ, ਨਹੀਂ ਪਹੁੰਚਾਇਆ ਗਿਆ।
ਹੁਣ ਤੱਕ ਬੱਚਿਆਂ ਨੂੰ ਦੇ ਕੇ ਕਰਜ਼ੇ ਬਿਨਾਂ ਵਿਆਜ ਤੋਂ ਜਾਂ ਆਸਾਨ ਕਿਸ਼ਤਾਂ ਦੇ ਉੱਤੇ ਸਬਸਿਡੀ ਦੇ ਉੱਤੇ ਬੱਚੇ ਰੋਜ਼ਗਾਰ ਤੇ ਲਾਈ ਜਾ ਸਕਦੇ ਸੀ, ਪਰ ਉਹਨਾਂ ਦੋਨਾਂ ਪਾਰਟੀਆਂ ਦੀ ਮਨਸ਼ਾ ਕੁਛ ਹੋਰ ਸੀ। ਉਹਨਾਂ ਨੇ ਬੇਰੁਜ਼ਗਾਰੀ ਪੈਦਾ ਕੀਤੀ, ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਦੀ ਥਾਂ ਤੇ ਨਸ਼ੇ ਦੇ ਟੀਕੇ ਫੜਾਏ, ਰੁਜ਼ਗਾਰ ਦੀ ਥਾਂ ਤੇ ਚਿੱਟੇ ਦੀਆਂ ਪੁੜੀਆਂ ਫੜਾਈਆਂ, ਡੋਡਿਆਂ ਦੀਆਂ ਪੁੜੀਆਂ ਫੜਾਈਆਂ। ਇਹ ਸਾਰਾ ਕੁਛ ਛੁੱਟਣਾ ਵੀ ਤੁਹਾਡੇ ਰਾਹੀਂ ਹੈ ਜੇ ਤੁਸੀਂ ਆਪਣਾ ਤਹੱਈਆ ਕਰ ਲਓਗੇ, ਤੇ ਕੋਈ ਵੀ ਦੁਨੀਆ ਦੀ ਤਾਕਤ ਪੰਜਾਬ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ। ਤੁਸੀਂ ਆਪਣੇ ਮਨ ਬਣਾ ਲੈਣੇ, ਤੁਸੀਂ ਤਹੱਈਆ ਕਰਨੇ, ਤੁਸੀਂ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰਨੇ ਆ, ਤੁਸੀਂ ਆਪਣੀਆਂ ਜ਼ਿੰਦਗੀਆਂ ਨੂੰ ਅੱਗੇ ਲੈ ਕੇ ਜਾਣਾ, ਕਿਉਂਕਿ ਬਹੁਤ ਮਿਹਨਤ ਦੇ ਨਾਲ ਬੱਚਾ ਪਲਦਾ। ਬੱਚਾ ਪਲਣਾ ਕੋਈ ਆਸਾਨ ਕੰਮ ਨਹੀਂ ਹੈ। ਇੱਕ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਕਿ ਜਦੋਂ ਅਸੀਂ ਆਪਣਾ ਬੱਚਾ ਜਿਹੜਾ ਗਰਭ ਧਾਰਨ ਤੋਂ ਲੈ ਕੇ ਉਹਨੂੰ ਐਸੀ ਇੰਚ ਅਸੀਂ ਪੋਟਾ ਪੋਟਾ ਵੱਧਦਾ ਦੇਖਦੇ ਹਾਂ ਕਿ ਸਾਡਾ ਬੱਚਾ ਕਦੋਂ ਜਵਾਨ ਹੁੰਦਾ, ਔਰ ਬੱਚਾ ਜਵਾਨ ਹੋ ਕੇ ਜਦੋਂ ਗਲੀਆਂ ਚ ਰੋਲਦਾ ਉਦੋਂ ਵੱਡਾ ਦੁੱਖ ਕੋਈ ਨਹੀਂ ਮਾਂ ਬਾਪ ਦੇ ਵਾਸਤੇ। ਪਰ ਹੁਣ ਹੋਰ ਨਹੀਂ, ਤੁਸੀਂ ਸਿਰਫ ਆਪ ਸੰਜੀਦਾ ਹੋ ਜਾਓ, ਤੁਸੀਂ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਨਵੀਆਂ ਨੀਹਾਂ ਤੇ ਲੈ ਕੇ ਜਾਣ ਵਾਸਤੇ ਔਰ ਸਖਤ ਮਿਹਨਤ ਵਾਸਤੇ ਤਿਆਰ। ਕੋਈ ਸ਼ਾਰਟਕੱਟ ਹੈ ਨਹੀਂ ਜ਼ਿੰਦਗੀ ਦੇ ਵਿੱਚ, ਕੋਈ ਤੁਹਾਡੇ ਕੋਲ ਇਦਾਂ ਦਾ ਜਾਦੂ ਦੀ ਛੜੀ ਨਹੀਂ ਹੈਗੀ ਜਿਹਨੇ ਜ਼ਿੰਦਗੀ ਤੁਹਾਨੂੰ ਅਮੀਰ ਕਰ ਦੇਣਾ ਜਾਂ ਤੁਹਾਡੇ ਘਰ ਰੋਟੀ ਲੈ ਕੇ ਆਉਣੀ ਹੈ। ਸਿਰਫ ਤੁਹਾਡੀ ਸਖਤ ਮਿਹਨਤ ਜਿਹੜੀ ਆ ਉਹ ਤੁਹਾਨੂੰ ਕਾਮਯਾਬ ਕਰੂਗੀ। ਸਖਤ ਮਿਹਨਤ ਪੰਜਾਬੀ ਕਰਨਾ ਜਾਣਦੇ ਆ, ਔਰ ਇਹ ਜਿਹੜੀ ਛੁੱਟਦੀ ਆਦਤ ਆਪਾਂ ਇਹ ਦੁਬਾਰਾ ਤੋਂ ਪਾਉਣੀ ਹੈ ਕਿ ਸਖਤ ਮਿਹਨਤ ਕਰਨੀ ਆ। ਸਖਤ ਮਿਹਨਤ ਦੇ ਨਾਲ ਆਪਾਂ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨਾ, ਆਪਣੇ ਘਰਾਂ ਦਾ ਨਾਂ ਰੋਸ਼ਨ ਕਰਨਾ, ਆਪਣੇ ਮਾਂ ਬਾਪ ਦੇ ਸੀਨਿਆਂ ਦੇ ਵਿੱਚ ਠੰਡ ਪਾਉਣੀ ਆ। ਇਹ ਤੁਹਾਡੀ ਡਿਊਟੀ ਆ, ਔਰ ਸਾਡੀ ਡਿਊਟੀ ਦਿਨ ਰਾਤ ਤੁਹਾਡੇ ਤੇ ਪਹਿਰਾ ਦੇਣਾ, ਤੁਹਾਡੇ ਕੰਮਾਂ ਕਾਰਾਂ ਤੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮੈਂ ਬਹੁਤ ਵਾਰੀ ਲੱਖ ਲੱਖ ਵਾਰੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਮ ਆਦਮੀ ਪਾਰਟੀ।